ਸਤਿ ਸ਼੍ਰੀ ਅਕਾਲ ਸਪੋਕਸਮੈਨ ਟੀਵੀ ਦੇ ਸਾਰੇ ਦਰਸ਼ਕਾਂ ਦਾ ਸਪੋਕਸਮੈਨ ਬੁਲੇਟਿਨ ਦੇ ਵਿੱਚ ਹਰਜੋਤ ਕੌਰ ਵੱਲੋਂ ਸਵਾਗਤ ਹੈ। ਸਭ ਤੋਂ ਪਹਿਲਾਂ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਵੱਲ। ਕਾਂਗਰਸੀ ਵਰਕਰਾਂ ਦਾ ਅਕਾਲੀਆਂ ਤੇ ਕਹਿਰ, ਕੀਤਾ ਅਕਾਲੀ ਸਰਪੰਚ ਦਾ ਕਤਲ। ਅਕਾਲ ਤਖ਼ਤ ਸਾਹਿਬ ਵਿਖੇ ਗੁਟਕੇ ਦੀ ਬੇਅਦਬੀ ਮਾਮਲੇ 'ਚ ਸ਼੍ਰੋਮਣੀ ਕਮੇਟੀ ਦੀ ਢਿੱਲੀ ਕਾਰਵਾਈ। ਕਾਂਗਰਸੀ ਆਗੂ ਇੰਦਰਜੀਤ ਸਿੰਘ ਜ਼ੀਰਾ ਨੇ ਦਿੱਤੀ ਗਿਆਨੀ ਗੁਰਬਚਨ ਸਿੰਘ ਨੂੰ ਅਸਤੀਫੇ ਲਈ 15 ਦਿਨਾਂ ਦੀ ਮੋਹਲਤ। ਦਿੱਲੀ 'ਚ ਆਮ ਆਦਮੀ ਪਾਰਟੀ ਦੀ ਹਾਰ, ਮਿਲੀਆਂ ਸਿਰਫ 46 ਸੀਟਾਂ। ਦਿੱਲੀ ਦੇ ਵਿੱਚ MCD ਚੋਣਾਂ 'ਚ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਦੇ ਅਜੈ ਮਾਕਨ ਨੇ ਦਿੱਤਾ ਅਸਤੀਫਾ। ਗਿਆਨੀ ਗੁਰਬਚਨ ਸਿੰਘ ਤੇ ਬਾਦਲ ਪਰਿਵਾਰ ਵਿਚਾਲੇ ਸੰਬੰਧਾਂ ਤੇ ਸਵਾਲ ਉੱਠਦੇ ਹੀ ਰਹਿੰਦੇ ਨੇ, ਪਰ ਇਸ ਵਾਰੀ ਇਹ ਸਵਾਲ ਸਬੂਤਾਂ ਸਹਿਤ ਉੱਠੇ ਨੇ। ਆਓ ਵੇਖਦੇ ਹਾਂ ਪੂਰੀ ਖਬਰ। ਕਾਂਗਰਸ ਦੇ ਕਿਸਾਨ ਸੈੱਲ ਦੇ ਚੇਅਰਮੈਨ ਇੰਦਰਜੀਤ ਸਿੰਘ ਜ਼ੀਰਾ ਨੇ ਗਿਆਨੀ ਗੁਰਬਚਨ ਸਿੰਘ ਦੇ ਬਾਰੇ ਵੱਡੇ ਖੁਲਾਸੇ ਕਰਨ ਦੀ ਗੱਲ ਕੀਤੀ ਹੈ। ਜ਼ੀਰਾ ਨੇ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਬਾਦਲਾਂ ਦੇ ਹੱਥ ਦੀ ਕਠਪੁਤਲੀ ਬਣ ਕੇ ਰਹਿ ਗਏ ਨੇ, ਇਸ ਲਈ ਉਹਨਾਂ ਨੂੰ ਜਥੇਦਾਰੀ ਤੋਂ ਅਸਤੀਫਾ ਦੇਣਾ ਚਾਹੀਦਾ ਤੇ ਜੇ ਉਹ ਅਜਿਹਾ ਨਹੀਂ ਕਰ ਸਕਦੇ ਤਾਂ ਉਹਨਾਂ ਖਿਲਾਫ਼ ਜੋ ਇੰਦਰਜੀਤ ਸਿੰਘ ਜ਼ੀਰਾ ਦਾ ਕਹਿਣਾ ਹੈ ਕਿ ਉਹਨਾਂ ਕੋਲ ਸਬੂਤ ਨੇ ਉਹ ਜਨਤਕ ਕਰ ਦੇਣਗੇ। ਇਸ ਦੇ ਲਈ ਜ਼ੀਰਾ ਨੇ ਗਿਆਨੀ ਗੁਰਬਚਨ ਸਿੰਘ ਨੂੰ 15 ਦਿਨਾਂ ਦੀ ਮੋਹਲਤ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਬਾਦਲ ਪਰਿਵਾਰ SGPC ਦੇ ਹਰ ਫੈਸਲੇ 'ਚ ਦਖਲ ਅੰਦਾਜ਼ੀ ਕਰਦਾ ਹੈ, ਪਰ ਬਾਦਲ ਸਾਹਿਬ ਇਸ ਗੱਲ ਤੋਂ ਹਮੇਸ਼ਾ ਮੁੱਕਰ ਜਾਂਦੇ ਰਹੇ ਨੇ। ਇਸ ਤੋਂ ਇਲਾਵਾ ਹੋਟਲਾਂ ਬਾਰੇ ਵੀ ਉਹਨਾਂ ਨੇ ਕਈ ਖੁਲਾਸੇ ਕੀਤੇ ਨੇ ਕਿ ਸਾਬਕਾ ਮੁੱਖ ਮੰਤਰੀ ਬਾਦਲ ਨੇ ਆਪਣੇ ਹੁਕਮਾਂ ਨੂੰ ਮਨਵਾਉਣ ਲਈ ਗਿਆਨੀ ਗੁਰਬਚਨ ਸਿੰਘ ਨੂੰ ਅਕਾਲ ਤਖ਼ਤ ਦਾ ਜਥੇਦਾਰ ਬਣਾਇਆ। ਗਿਆਨੀ ਗੁਰਬਚਨ ਸਿੰਘ ਦੇ ਪੁੱਤਰ ਦਾ ਮੁਕਤਸਰ ਦੇ ਵਿੱਚ ਇੱਕ ਹੋਟਲ ਹੈ ਜਿੱਥੇ ਸੁਖਬੀਰ ਬਾਦਲ ਖੁਦ ਠਹਿਰਦੇ ਨੇ। ਗੁਰਬਚਨ ਸਿੰਘ ਦੇ ਪੁੱਤਰ ਨੂੰ ਵੀ VIP ਸੁਰੱਖਿਆ ਦਿੱਤੀ ਗਈ ਸੀ। ਇੰਦਰਜੀਤ ਸਿੰਘ ਜ਼ੀਰਾ ਦਾ ਕਹਿਣਾ ਕਿ ਗਿਆਨੀ ਕਹਿ ਰਹੇ ਨੇ ਕਿ ਉਹ ਬਾਦਲ ਪਰਿਵਾਰ ਦੇ ਅੱਗੇ ਬੇਬਸ ਨੇ। ਸੋ ਇਸੇ ਬਾਰੇ 15 ਦਿਨ ਤੱਕ ਸਬੂਤ ਜਨਤਕ ਕਰਨ ਦੀ ਗੱਲ ਇੰਦਰਜੀਤ ਸਿੰਘ ਜ਼ੀਰਾ ਨੇ ਕਹੀ ਹੈ। ਹਾਲਾਂਕਿ ਇੰਦਰਜੀਤ ਸਿੰਘ ਜ਼ੀਰਾ ਨੇ ਕੋਈ ਨਵੀਂ ਗੱਲ ਨਹੀਂ ਕਹੀ, ਪਰ ਫਿਰ ਵੀ ਹੁਣ ਵੇਖਣਾ ਇਹ ਹੋਵੇਗਾ ਕਿ ਗਿਆਨੀ ਗੁਰਬਚਨ ਸਿੰਘ ਅਸਤੀਫਾ ਦਿੰਦੇ ਨੇ ਜਾਂ ਇੰਦਰਜੀਤ ਸਿੰਘ ਜ਼ੀਰਾ ਕੋਈ ਸਬੂਤ। ਦਿੱਲੀ 'ਚ ਆਮ ਆਦਮੀ ਪਾਰਟੀ ਦੀ ਬੁਰੀ ਤਰ੍ਹਾਂ ਹਾਰ ਹੋਈ ਹੈ। ਪਾਰਟੀ ਨੂੰ ਸਿਰਫ 46 ਸੀਟਾਂ ਹੀ ਮਿਲ ਸਕੀਆਂ ਨੇ ਤੇ ਇਹ ਚੋਣਾਂ MCD ਦੀਆਂ ਸਨ। ਦਿੱਲੀ ਦੀ ਸੱਤਾ ਤੇ ਕਾਬਜ਼ ਆਮ ਆਦਮੀ ਪਾਰਟੀ ਨੂੰ ਦਿੱਲੀ ਨਗਰ ਨਿਗਮ ਦੀਆਂ ਚੋਣਾਂ 'ਚ ਲੱਖ ਤੋੜਵੀਂ ਹਾਰ ਦਾ ਸਾਹਮਣਾ ਕਰਨਾ ਪਿਆ। ਆਮ ਆਦਮੀ ਪਾਰਟੀ ਨੂੰ 272 ਸੀਟਾਂ ਵਾਲੇ ਨਗਰ ਨਿਗਮ 'ਚੋਂ ਸਿਰਫ 46 ਸੀਟਾਂ ਹੀ ਮਿਲੀਆਂ ਨੇ, ਜਦਕਿ ਭਾਜਪਾ ਨੇ 181 ਸੀਟਾਂ ਜਿੱਤ ਕੇ 2/3 ਬਹੁਮਤ ਨਾਲ ਦਿੱਲੀ MCD ਤੇ ਕਬਜ਼ਾ ਕਰ ਲਿਆ। ਕਾਬਿਲੇ ਗੌਰ ਹੈ ਕਿ ਚੋਣਾਂ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 2/3 ਸੀਟਾਂ ਜਿੱਤਣ ਦਾ ਦਾਅਵਾ ਕਰ ਰਹੇ ਸਨ। ਪੰਜਾਬ ਦੇ ਆਪ ਵਿਧਾਇਕਾਂ ਨੇ ਵੀ ਦਿੱਲੀ 'ਚ ਪਾਰਟੀ ਨੂੰ ਜਿਤਾਉਣ ਲਈ ਕਾਫ਼ੀ ਮਿਹਨਤ ਕੀਤੀ ਸੀ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਦਿੱਲੀ 'ਚ ਆਪ ਨੂੰ ਹਾਰ ਉਸਦੀ ਕੇਂਦਰੀ ਲੀਡਰਸ਼ਿਪ 'ਚ ਆਏ ਹੰਕਾਰ ਕਰਕੇ ਮਿਲੀ ਹੈ। ਭਾਵੇਂ ਆਪ ਨੇ ਇਹ ਚੋਣਾਂ ਦੇ ਵਿੱਚ ਬੁਰੀ ਹਾਰ ਲਈ ਹੈ, ਪਰ ਹਲੇ ਵੀ ਭਾਂਡਾ EVM ਦੇ ਸਿਰ ਹੀ ਭੰਨਿਆ ਜਾ ਰਿਹਾ ਹੈ। ਦਿੱਲੀ MCD ਚੋਣਾਂ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੀ ਹਾਰ ਹੋਈ ਹੈ, ਉੱਥੇ ਕਾਂਗਰਸ ਦੀ ਵੀ ਬੁਰੀ ਤਰ੍ਹਾਂ ਹਾਰ ਹੋਈ ਹੈ। ਇਸ ਹਾਰ ਕਰਕੇ ਅਜੈ ਮਾਕਨ ਨੂੰ ਵੀ ਅਸਤੀਫਾ ਦੇਣਾ ਪਿਆ। ਦਿੱਲੀ ਨਗਰ ਨਿਗਮ ਚੋਣਾਂ ਦੇ ਤਿਕੋਣੇ ਮੁਕਾਬਲੇ 'ਚ ਕਾਂਗਰਸ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਆਪਸੀ ਫੁੱਟ ਦਾ ਸ਼ਿਕਾਰ ਰਹੀ ਕਾਂਗਰਸ ਪਾਰਟੀ 272 ਸੀਟਾਂ ਵਾਲੇ ਦਿੱਲੀ ਨਗਰ ਨਿਗਮ ਦੇ ਵਿੱਚ ਸਿਰਫ 31 ਸੀਟਾਂ ਹੀ ਜਿੱਤ ਸਕੀ, ਜਦਕਿ ਆਮ ਆਦਮੀ ਪਾਰਟੀ ਨੂੰ 46 ਤੇ ਭਾਜਪਾ ਨੂੰ 2/3 ਬਹੁਮਤ ਸਮੇਤ 181 ਸੀਟਾਂ ਮਿਲੀਆਂ। ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਸਾਬਕਾ ਕੇਂਦਰੀ ਮੰਤਰੀ ਤੇ ਦਿੱਲੀ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੈ ਮਾਕਨ ਨੇ ਕੌਮੀ ਲੀਡਰਸ਼ਿਪ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਇਹੀ ਨਹੀਂ, ਇਸ ਹਾਰ ਕਰਕੇ ਕਾਂਗਰਸ ਦੇ ਜਨਰਲ ਸਕੱਤਰ ਗੁਰਦਾਸ ਕਾਮਤ ਨੂੰ ਵੀ ਅੱਜ ਅਸਤੀਫਾ ਦੇਣਾ ਪੈ ਗਿਆ। ਸੋ ਇਹ ਸਨ ਸਪੋਕਸਮੈਨ ਬੁਲੇਟਿਨ ਦੀਆਂ ਅੱਜ ਦੀਆਂ ਮੁੱਖ ਖਬਰਾਂ। ਹੁਣ ਹਰਜੋਤ ਕੌਰ ਨੂੰ ਇਸ ਬੁਲੇਟਿਨ ਨੂੰ ਖਤਮ ਕਰਨ ਦੀ ਇਜਾਜ਼ਤ ਦਿਓ। ਤੁਸੀਂ ਵੇਖਦੇ ਰਹੋ ਸਪੋਕਸਮੈਨ TV। ਸਤਿ ਸ਼੍ਰੀ ਅਕਾਲ।